ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਅਸੀਂ ਖੀਰ ਪੂੜੇ ਬਣਾਵਾਂਗੇ। ਸਾਵਣ ਦਾ ਮਹੀਨਾ ਹੈ ਸੋ ਇਸ ਕਰਕੇ ਅਸੀਂ ਖੀਰ ਪੂੜੇ ਬਣਾ ਰਹੇ ਹਾਂ। ਖੀਰ ਵਾਸਤੇ ਦੁੱਧ ਲਿਆਏ 1.5 ਕਿਲੋ ਅਤੇ ਨਾਲ ਮੈਂ ਚੌਲ ਲਏ ਨੇ। ਚੌਲਾਂ ਨੂੰ ਮੈਂ ਮਸ਼ੀਨ ਦੇ ਵਿੱਚ ਥੋੜ੍ਹਾ ਜਿਹਾ ਪੀਸ ਲਿਆ ਅਤੇ ਕਣੀਆਂ ਕਰ ਲਈਆਂ ਨੇ। ਤੁਸੀਂ ਜੇ ਭੇਣਾ ਚਾਹੋ ਤਾਂ 2 ਘੰਟੇ ਪਹਿਲਾਂ ਭੇ ਕੇ ਵੀ ਰੱਖ ਸਕਦੇ ਹਾਂ, ਤਾਂ ਵੀ ਚੌਲ ਪੋਲੇ ਹੋ ਜਾਂਦੇ ਨੇ। ਅਤੇ ਨਾਲ ਮੈਂ ਖੰਡ ਲਈ 1 ਕੌਲੀ, 1 ਮੈਂ ਕੈਰਟ ਲਈ ਹੈ ਅਤੇ ਨਾਲ ਸੌਗੀ ਲਈ ਹੈ, ਮੇਵੇ ਬਦਾਮ ਲੈ ਨੇ ਕੱਟੇ ਹੋਏ ਅਤੇ ਥੋੜ੍ਹੇ ਜਿਹੇ ਮੈਂ ਇਲਾਚੀਆਂ ਦੇ ਦਾਣੇ ਲਏ ਨੇ। ਸਭ ਤੋਂ ਪਹਿਲਾਂ ਦੁੱਧ ਪਾਉਂਦੇ ਹਾਂ। ਪਹਿਲਾਂ ਅਸੀਂ ਦੁੱਧ ਨੂੰ ਗਰਮ ਹੋਣ ਦੇਵਾਂਗੇ ਅਤੇ ਫਿਰ ਅਸੀਂ ਅੰਦਰ ਚੌਲ ਪਾਵਾਂਗੇ। ਦੁੱਧ ਗਰਮ ਹੋ ਗਿਆ ਹੈ, ਹੁਣ ਅਸੀਂ ਇਹਦੇ ਅੰਦਰ ਚੌਲ ਪਾਵਾਂਗੇ। ਹੁਣ ਅਸੀਂ ਇਸ ਨੂੰ ਮੱਠੀ ਮੱਠੀ ਅੱਗ 'ਤੇ ਹਿਲਾਉਂਦੇ ਰਹਾਂਗੇ ਅਤੇ ਇਸ ਦੇ ਨਾਲ ਹੀ ਅਸੀਂ ਗਾਜਰ ਪਾ ਦੇਵਾਂਗੇ। ਮੀਡੀਅਮ ਫਲੇਮ 'ਤੇ ਹੌਲੀ ਹੌਲੀ ਹਿਲਾਉਂਦੇ ਰਹਾਂਗੇ। ਜਦੋਂ ਥੋੜ੍ਹੀ ਜਿਹੀ ਪੱਕ ਗਈ ਫਿਰ ਬਾਅਦ ਵਿੱਚ ਅਸੀਂ ਇਹਦੇ ਅੰਦਰ ਮੇਵੇ ਅਤੇ ਬਦਾਮ ਐਡ ਕਰਾਂਗੇ। ਇਸ ਦੀ ਰਿਜਦੀ ਦੇ ਨਾਲ ਨਾਲ ਅਸੀਂ ਇਲਾਚੀ ਵੀ ਪਾ ਦਿੰਦੇ ਹਾਂ ਫਲੇਵਰ ਵਾਸਤੇ। ਹੁਣ ਅਸੀਂ ਇਸ ਨੂੰ ਮੱਠੀ ਮੱਠੀ ਅੱਗ 'ਤੇ ਰਿੰਨਦੇ ਹਾਂ। ਜਿੰਨਾ ਚਿਰ ਸਾਡੀ ਖੀਰ ਮੱਠੀ ਮੱਠੀ ਅੱਗ 'ਤੇ ਰਿੱਝਦੀ ਹੈ ਉਨਾ ਚਿਰ ਅਸੀਂ ਪੂੜਿਆਂ ਦਾ ਆਟਾ ਤਿਆਰ ਕਰ ਲੈਂਦੇ ਹਾਂ। ਪੂੜੇ ਬਣਾਉਣ ਵਾਸਤੇ ਮੈਂ 400 ਗ੍ਰਾਮ ਆਟਾ ਲਿਆ ਹੈ। ਫੈਮਲੀ ਦੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਜਿੰਨੇ ਤੁਹਾਨੂੰ ਲੋੜ ਹੈ। ਆਟਾ ਪਾ ਕੇ ਅਤੇ ਮੈਂ ਗੁੜ ਵਾਲਾ ਪਾਣੀ ਪਾਵਾਂਗੀ ਅੰਦਰ। 500 ਗ੍ਰਾਮ ਮੈਂ ਗੁੜ ਲਿਆ ਸੀਗਾ। ਥੋੜ੍ਹਾ ਥੋੜ੍ਹਾ ਕਰਕੇ ਇਸ ਘੋਲ ਨੂੰ ਘੋਲਾਂਗੇ। ਹੌਲੀ ਹੌਲੀ ਘੋਲਣਾ ਜਿਹੜੇ ਗਿਲਟੀ ਨਾ ਵੱਜਣ। ਥੋੜ੍ਹਾ ਥੋੜ੍ਹਾ ਕਰਕੇ ਪਾਣੀ ਰਲਾਵਾਂਗੇ। ਨਾ ਬਾਹਲਾ ਸੰਘਣਾ ਕਰਨਾ ਹੈ ਨਾ ਬਾਹਲਾ ਪਤਲਾ ਕਰਨਾ ਹੈ। ਇੱਕ ਚਮਚਾ ਮੈਂ ਸੌਂਫ ਦਾ ਪਾ ਦਿੰਦੀ ਹਾਂ ਅੰਦਰ। ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਘੋਲ ਲੈਂਦੇ ਹਾਂ। ਇਹਨੂੰ ਚੰਗੀ ਤਰ੍ਹਾਂ ਘੋਲ ਕੇ 10 ਮਿੰਟ ਦੀ ਰੈਸਟ ਦੇਵਾਂਗੇ ਅਤੇ ਫਿਰ ਅਸੀਂ ਬਣਾਵਾਂਗੇ ਪੂੜੇ। ਸਾਡਾ ਆਟਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਮੈਂ ਚੰਗੀ ਤਰ੍ਹਾਂ ਇਹਨੂੰ ਘੋਲ ਲਿਆ ਹੈ ਅਤੇ ਬਹੁਤ ਸੋਹਣਾ ਸਮੂਥ ਬਣ ਗਿਆ ਪੂੜੇ ਬਣਾਉਣ ਵਾਸਤੇ। ਹੁਣ ਅਸੀਂ ਖੀਰ ਨੂੰ ਚੈੱਕ ਕਰ ਲੈਂਦੇ ਹਾਂ। ਪਹਿਲਾਂ ਸਾਡੀ ਖੀਰ ਅੱਧੀ ਬਣ ਚੁੱਕੀ ਹੈ। 20 ਮਿੰਟ ਲੱਗੇ ਨੇ ਮੈਨੂੰ ਖੀਰ ਬਣਾਉਂਦੀ ਨੂੰ। ਹੁਣ ਅਸੀਂ ਇਹਦੇ ਅੰਦਰ ਸੌਗੀ ਪਾ ਦਿੰਦੇ ਹਾਂ ਅਤੇ ਨਾਲੇ ਖੰਡ ਪਾ ਦਿੰਦੇ ਹਾਂ। ਤੁਸੀਂ ਆਪਣੇ ਹਿਸਾਬ ਨਾਲ ਖੰਡ ਲੈ ਸਕਦੇ ਹਾਂ। ਖੀਰ ਪੱਕਣ ਵਿੱਚ ਥੋੜ੍ਹੀ ਦੇਰੀ ਰਹਿ ਗਈ ਹੈ, 5 ਮਿੰਟ ਲਈ ਹੋਰ ਪਕਾਵਾਂਗੇ। ਖੀਰ ਬਣ ਕੇ ਰੈਡੀ ਹੈ। ਵੇਖੋ ਕਿਵੇਂ ਕਿੰਨੀ ਸੋਹਣੀ ਅਤੇ ਸੰਘਣੀ ਖੀਰ ਬਣੀ ਹੈ। ਤੇਲ ਲਗਾ ਕੇ ਅਸੀਂ ਹੌਲੀ ਹੌਲੀ ਬੈਟਰ ਨੂੰ ਪਾਵਾਂਗੇ। ਫਿਰ ਅਸੀਂ ਆਸੇ ਪਾਸੇ ਥੋੜ੍ਹਾ ਥੋੜ੍ਹਾ ਤੇਲ ਲਗਾਵਾਂਗੇ ਇਸ ਤਰ੍ਹਾਂ, ਤਾਂ ਜੋ ਤਵਾ ਪੂੜਾ ਛੱਡ ਦੇਵੇ। ਹੁਣ ਅਸੀਂ ਪੂੜੇ ਦਾ ਪਾਸਾ ਪਲਟਦੇ ਹਾਂ। ਅਸੀਂ ਪੂੜੇ ਦਾ ਪਾਸਾ ਪਲਟ ਦਿੱਤਾ ਹੈ, ਪੂੜਾ ਬਣ ਕੇ ਤਿਆਰ ਹੈ। ਮੈਂ ਇੱਕ ਪੱਤੇ ਦੀ ਮਦਦ ਨਾਲ ਪੂੜਾ ਕਰ ਰਹੀ ਹਾਂ। ਸਾਡੇ ਪੂੜੇ ਬਣ ਕੇ ਤਿਆਰ ਨੇ। ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਫਰੈਂਡਸ ਇਸ ਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ ਅਤੇ ਨਾਲੇ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।